दया करो किछु मेरी उपावो डूब दे पत्थर तारे दया करो किछु मेरी उपावो डूब दे पत्थर तारे डूब दे पत्थर तारे दया करो किछ मेरे उपावो डूब दे पत्थर तारे डूब दे पत्थर तारे समुद्र सागर नीर भरिया जेता समुद्र सागर नीर भरिया ते अवगुण हमारे ते अवगुण हमारे किछु मेरु पावो
ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੇ, ਪ੍ਰਣਵਤ ਨਾਲਿਕ ਸੁਣ ਮੇਰੇ ਸਾਹਿਬਾ, ਇਹ ਡੁੱਬਦਾ ਪੱਥਰ ਲੀਜੇ, ਇਹ ਡੁੱਬਦਾ ਪੱਥਰ ਲੀਜੇ, ਇਹ ਡੁੱਬਦਾ ਪੱਥਰ ਲੀਜੇ, ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਅਸੀਂ ਕਲਯੁਗੀ ਜੀਵ ਸਮਝਦੇ ਹਾਂ ਕਿ ਤੂੰ ਸਾਡੀ ਕਰਨੀ ਵੱਲ ਨਹੀਂ ਵੇਖ ਰਿਹਾ ਜਾਂ ਸਾਨੂੰ ਕੌਣ ਵੇਖ ਰਿਹਾ। ਜਿਤਨੇ ਅਸੀਂ ਪਾਪ ਕਰਦੇ ਹਾਂ, ਕੂੜ ਬੋਲਦੇ ਹਾਂ, ਤੈਨੂੰ ਦੂਰ ਸਮਝਿਆ ਤਾਂ ਹੀ ਤਾਂ ਇਹ ਅਨਰਥ ਕਰਦੇ ਹਾਂ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਮਨ ਸੋ ਦੂਰ ਪਰਾਨੇ। ਇਹ ਸਾਡਾ ਜੀਵਨ ਹੈ, ਪਰ ਤੂੰ ਤਾਂ ਸਭ ਕੁਛ ਵੇਖ ਰਿਹਾ। ਇਸ ਲਈ ਜਿਸ ਤਰ੍ਹਾਂ ਅਸੀਂ ਬਖਸ਼ੇ ਜਾਂਦੇ ਹਾਂ, ਸਾਨੂੰ ਬਖਸ਼ ਲੈ। ਅਸੀਂ ਮੰਦੇ ਚੰਗੇ ਜਿਹੋ ਜਿਹੇ ਵੀ ਹਾਂ, ਹੇ ਨਿਰੰਕਾਰ ਅਸੀਂ ਰੁੜੇ ਜਾ ਰਹੇ ਹਾਂ, ਸਾਡੀ ਬਾਂਹ ਫੜ ਲੈ। ਦਇਆ ਕਰੋ, ਦਇਆ ਕਰੋ, ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ, ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਕਿਉਂਕਿ ਸਾਡਾ ਜੀਵਨ ਹੈ, ਕਲਯੁਗ ਨੇ ਸਾਡੀਆਂ ਅੱਖਾਂ ਬੰਦ ਕਰ ਰੱਖੀਆਂ ਹਨ। ਕੀ ਸੱਚ ਹੈ, ਕੀ ਝੂਠ ਹੈ, ਸਾਨੂੰ ਕੁਝ ਪਤਾ ਨਹੀਂ ਲੱਗਦਾ। ਸਾਡਾ ਜੀਵਨ ਬਣ ਚੁੱਕਿਆ ਬੈਰ, ਵਿਰੋਧ, ਕਾਮ, ਕ੍ਰੋਧ, ਮੋਹ,
ਝੂਠ ਬਿਕਾਰ ਮਹਾ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ। ਜੇ ਇਹ ਸੁਭਾਅ ਇੱਕ ਜਨਮ ਦਾ ਹੋਵੇ ਤਾਂ ਕੋਈ ਚੰਗਾ ਕੰਮ ਕਰਕੇ ਇਸ ਸੁਭਾਵ ਨੂੰ ਬਦਲਿਆ ਜਾ ਸਕਦਾ, ਪਰ ਸਾਨੂੰ ਤਾਂ ਕਈ ਜਨਮ ਹੋ ਗਏ ਹਨ ਇਹ ਭੁੱਲਾਂ ਕਰਦਿਆਂ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਕਰਮ ਕਰ ਸਾਡੇ 'ਤੇ ਰਹਿਮਤ ਕਰ, ਮੰਦੇ ਚੰਗੇ ਅਸੀਂ ਤੇਰੇ ਹਾਂ, ਸਾਡੇ 'ਤੇ ਦਇਆ ਕਰ। ਤੂੰ ਬੜੇ ਬੜੇ ਪੱਥਰ ਤਾਰ ਦਿੱਤੇ ਹਨ, ਤੂੰ ਦਇਆ ਦਾ ਸਾਗਰ ਹੈ, ਬਖਸ਼ਿਸ਼ਾਂ ਦਾ ਸਮੁੰਦਰ ਹੈ। ਜੇ ਸਾਡੇ ਪਾਪਾਂ ਦੇ ਦੋ ਚਾਰ ਬੇੜੇ ਇਸ ਸਮੁੰਦਰ ਵਿੱਚ ਡੁੱਬ ਵੀ ਗਏ ਤਾਂ ਤੈਨੂੰ ਕੀ ਫਰਕ ਪਵੇਗਾ, ਇਸ ਲਈ ਦਇਆ ਕਰੋ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੱਟ ਪੱਟਣ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਤਟ ਤੀਰਥ ਹਮ ਨੋ ਖੰਡ ਦੇਖੇ, ਹੱਟ ਪਟਨ ਬਾਜਾਰਾ। ਲੈ ਕੇ ਤਕੜੀ ਤੋਲਣ ਲਾਗਾ, ਘਟ ਹੀ ਮੈਂ ਬਣ ਜਾਰਾ। ਦਇਆ ਕਰੋ ਕਿਛ ਮੇਰ ਪੱਥਰ ਤਾਰੇ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰ ਤਾਰੇ। ਸਮੁੰਦ ਸਾਗਰ ਨੀਰ ਭਰਿਆ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮੇਰ ਉਪਾਵੋ, ਪੱਥਰ ਤਾਰੇ।
ਕਸ਼ਮੀਰ ਪਾਓ ਡੁੱਬਦੇ ਪੱਥਰ ਤਾਰੇ ਜੀਣਾ ਅਗਨ ਬਰਾਬਰ ਤੱਪੇ ਭੀਤਰ ਵਗੇ ਖਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਦਇਆ ਕਰੋ ਕਿਛ ਮੇਰੂ ਪਾਓ ਡੁੱਬਦੇ ਪੱਥਰ ਤਾਰੇ ਗੁਰਸਿੱਖ ਨੇ ਸਭ ਕੁਛ ਕਰਦਿਆਂ ਹੋਇਆਂ ਵੀ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਏਡੀ ਨਿਮਰਤਾ ਧਾਰਨ ਕਰਨੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ ਕਿ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਇਹ ਨਿਰੰਕਾਰ ਜੇ ਕੋਈ ਸਮੁੰਦਰ ਦੀਆਂ ਛਲਾਂ ਨੂੰ ਤਰੰਗਾਂ ਨੂੰ ਗਿਣਨਾ ਚਾਹੇ ਤਾਂ ਕੌਣ ਗਿਣ ਸਕਦਾ ਹੈ ਅਣਗਿਣਤ ਹਨ ਅਤੇ ਇਸ ਤੋਂ ਵੱਧ ਮੇਰੇ ਅਵਗੁਣ ਹਨ ਕਿਤਨੀ ਕੁ ਗਿਣਤੀ ਕਰੋਗੇ ਸਾਨੂੰ ਤੇਰੀ ਬਖਸ਼ਿਸ਼ ਤਾਰ ਸਕਦੀ ਹੈ ਤੇਰੀ ਰਹਿਮਤ ਸਾਨੂੰ ਤਾਰ ਸਕਦੀ ਹੈ ਅਰਦਾਸ ਕਰ ਰਹੇ ਹਨ ਸਾਡੇ ਲਈ ਆਓ ਤੁਸੀਂ ਵੀ ਕਰੋ ਸਾਰੇ ਮਿਲ ਕੇ ਦਇਆ ਕਰੋ ਕਿਛ ਮੇਰੂ ਪਾਓ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮੇਰੂ ਪਾਓ ਡੁੱਬਦੇ ਪੱਥਰ ਤਾਰੇ ਸਿਮਰਨ ਸੇਵਾ ਭਗਤੀ ਕਰਦਿਆਂ ਹੋਇਆਂ ਵੀ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਇਹ ਨਹੀਂ ਮਨ ਵਿੱਚ ਲਿਆਉਣਾ ਬਈ ਮੈਨੂੰ ਤਾਂ ਗੁਰੂ ਜ਼ਰੂਰ ਤਾਰੇਗਾ ਨਾ ਭਾਵੇਂ ਕਿਸੇ ਹੋਰ ਨੂੰ ਤਾਰੇ ਨਾ ਤਾਰੇ ਨਹੀਂ ਸਾਡੇ ਜਪਾਂ ਤਪਾਂ ਨਾਲ ਨਹੀਂ ਗੱਲ ਮੁੱਕਣੀ ਹੈ ਨਿਰੰਕਾਰ ਤੇਰੀ ਬਖਸ਼ਿਸ਼ ਵੱਡੀ ਹੈ ਤੇਰੀ ਬਖਸ਼ਿਸ਼ ਸਾਨੂੰ ਤਾਰ ਸਕਦੀ ਹੈ ਇਹ ਅਰਦਾਸ ਕਰਨ ਲਈ ਸਾਨੂੰ ਗੁਰੂ ਨੇ ਪ੍ਰੇਰਨਾ ਦਿੱਤੀ ਹੈ ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਨਾਨਕ ਦੀ ਅੰਸ਼ ਬੰਸ਼ ਜੋ ਹਰ ਇੱਕ ਸ਼ਹਿਰਾਂ ਵਿੱਚ ਜਾ ਕੇ ਗੁਰੂ ਘਰ ਦਾ ਪ੍ਰਚਾਰ ਕਰਿਆ ਕਰਦੇ ਸਨ ਔਰ ਬੜਾ ਲਸ਼ਕਰ ਸੀ ਬੜੀ ਮਾਨਤਾ ਸੀ ਇਹਨਾਂ ਦੀ ਹਾਥੀ ਘੋੜੇ ਰੱਥ ਹੋਰ ਬੇਅੰਤ ਸੰਗਤਾਂ ਨੇ ਹੋਣਾ ਅਤੇ ਜਿਸ ਸ਼ਹਿਰ ਜਾਣਾ ਉਹਨਾਂ ਨੇ ਦੋ ਦੋ ਚਾਰ ਚਾਰ ਮੀਲ ਅੱਗੋਂ ਹੀ ਚੌਂਕੀਆਂ ਕਰਦਿਆਂ ਕੀਰਤਨ ਕਰਦਿਆਂ ਲੈ ਕੇ ਆਉਣਾ ਇਤਨਾ ਅਦਬ ਸਤਿਕਾਰ ਹੁੰਦਾ ਸੀ ਵੱਡੀਆਂ ਕਮਾਈਆਂ ਵਾਲੇ ਸਨ ਬਾਬਾ ਸਾਹਿਬ ਸਿੰਘ ਜੀ ਜਦੋਂ ਝੰਗ ਮਖਿਆਣੇ ਆਏ ਸਾਡੇ ਸ਼ਹਿਰ ਵਿੱਚ ਬਜ਼ੁਰਗਾਂ ਨੇ ਬਚਨ ਸੁਣਾਇਆ ਚੰਗ ਮਖਿਆਣੇ ਆਏ
ਕਿਤਨੀਆਂ ਸੰਗਤਾਂ ਆ ਕੇ ਜੁੜਦੀਆਂ ਸੀ ਤੇ ਇੱਕ ਕਲੰਦਰ ਰਿਸ਼ ਲੈ ਕੇ ਆ ਗਿਆ। ਬਾਬਾ ਜੀ ਅੱਗੇ ਆ ਕੇ ਨਮਸਕਾਰ ਕੀਤੀ ਤੇ ਰਿਸ਼ ਨੂੰ ਕਹਿਣ ਲੱਗਾ, ਤੂੰ ਵੀ ਮੱਥਾ ਟੇਕ, ਇਹ ਵੱਡੇ ਘਰ ਹਨ, ਵੱਡੇ ਘਰ ਦੇ ਬੱਚੇ ਹਨ, ਗੁਰੂ ਨਾਨਕ ਦੇ ਬੱਚੇ ਹਨ, ਇੱਥੋਂ ਵੱਡੀਆਂ ਬਖਸ਼ੀਸ਼ਾਂ ਮਿਲਣਗੀਆਂ, ਵੱਡੀਆਂ ਦਾਤਾਂ ਮਿਲਣਗੀਆਂ, ਕਿਉਂਕਿ ਰਿਸ਼ ਨੂੰ ਸਮਝਾਇਆ ਹੋਇਆ ਸੀ ਤੇ ਰਿਸ਼ ਨੇ ਵੀ ਮੱਥਾ ਟੇਕਿਆ ਬਾਬਾ ਸਾਹਿਬ ਸਿੰਘ ਬੇਦੀ ਜੀ ਦੇ ਅੱਗੇ। ਇੱਥੋਂ ਵੱਡੀਆਂ ਦਾਤਾਂ ਮਿਲਣੀਆਂ ਹਨ ਤਾਂ ਬਾਬਾ ਜੀ ਕਹਿਣ ਲੱਗੇ, ਫਿਰ ਵੱਡੀ ਦਾਤ ਦੇਈਏ। ਹਾਂ ਮਹਾਰਾਜ ਦਿਓ। ਤੇ ਬਾਬਾ ਸਾਹਿਬ ਸਿੰਘ ਜੀ ਨੇ ਆਪਣੇ ਮੁਨਸ਼ੀ ਨੂੰ ਕਿਹਾ ਕਿ ਜਾ 32 ਰੁਪਈਏ ਨੌਵਾਂ ਨੇ ਜਾ ਕੇ ਖਜ਼ਾਨੇ ਵਿੱਚੋਂ ਲਿਆ ਤੇ ਇਸ ਕਲੰਦਰ ਨੂੰ ਦੇ ਦੇ। ਜਿਤਨੇ ਪੈਸੇ ਹਜ਼ੂਰ ਨੇ ਹੁਕਮ ਕੀਤੇ ਆ ਕੇ ਕਲੰਦਰ ਦੀ ਝੋਲੀ ਵਿੱਚ ਪਾ ਦਿੱਤੇ। ਬੜਾ ਖੁਸ਼ ਹੋਇਆ, ਬਈ ਵੱਡੇ ਵੱਡੇ ਘਰ ਵੇਖੇ ਹਨ, ਕੋਈ 54, ਕੋਈ 98, ਕੋਈ ਰੁਪਈਆ, ਕੋਈ ਵੱਡਾ ਹੋਏਗਾ ਜਿਸਨੇ 5 ਰੁਪਈਏ ਦਿੱਤੇ ਹੋਣਗੇ, ਪਰ 32 ਰੁਪਈਏ ਨੌਵਾਂ ਨੇ, ਏਡੀ ਵੱਡੀ ਬਖਸ਼ੀਸ਼। ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ ਕਲੰਦਰ ਨੂੰ, ਬਈ ਚੰਗੀ ਤਰ੍ਹਾਂ ਇਹ ਪੈਸੇ ਗਿਣ ਲੈ, ਇਹ 32 ਰੁਪਏ ਨੌਵਾਂ ਨੇ ਹਨ। ਤੂੰ ਕਿਹਾ ਸੀ ਨਾ ਰਿਸ਼ ਨੂੰ ਬਈ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਹਨ। ਹਾਂ ਮਹਾਰਾਜ, ਤੁਸੀਂ ਦਿੱਤੀ ਵੱਡੀ ਬਖਸ਼ਿਸ਼ ਹੈ। ਉਹ ਆਪਣੇ ਆਪ ਨੂੰ ਉਹ 32 ਰੁਪਈਆਂ ਨੂੰ ਵੱਡੀ ਬਖਸ਼ਿਸ਼ ਸਮਝ ਰਿਹਾ। ਤੇ ਬਾਬਾ ਜੀ ਕਹਿਣ ਲੱਗੇ, ਹੁਣ ਰਿਸ਼ ਦੇ ਗਲ ਵਿੱਚੋਂ ਰੱਸਾ ਖੋਲ ਦੇ, ਮਹਾਰਾਜ ਇਹ ਭੱਜ ਜਾਏਗਾ ਤੇ ਫਿਰ ਹੱਥ ਹੀ ਨਹੀਂ ਆਉਣਾ। ਕਹਿਣ ਲੱਗੇ, ਹੁਣ ਇਹ ਭੱਜਣ ਜੋਗਾ ਕਿੱਥੇ ਰਹਿ ਗਿਆ ਹੈ, ਹੁਣ ਇਹ ਕਿਤੇ ਨਹੀਂ ਜਾ ਸਕਦਾ, ਹੁਣ ਇਹਦਾ ਅੰਤ ਸਮਾਂ ਨੇੜੇ ਹੈ। ਜੋ ਤੇਰਾ ਇਸ ਦਾ ਹਿਸਾਬ ਸੀ ਨਾ, ਉਹ ਪੂਰਾ ਹੋ ਗਿਆ। ਤੂੰ ਭਾਵੇਂ ਪੈਸਾ ਪੈਸਾ ਕਰਕੇ ਇਕੱਠਾ ਕਰਕੇ 32 ਰੁਪਈਏ ਨੌਵਾਂ ਨੇ ਤੂੰ ਇਹਦੇ ਕੋਲੋਂ ਕਰਜ਼ਾ ਲੈਣਾ ਸੀ, ਤੈਨੂੰ ਇਕੱਠਾ ਦੇ ਦਿੱਤਾ ਹੈ ਅਤੇ ਇਹ ਹੁਣ ਗੁਰੂ ਨਾਨਕ ਦੇ ਦਰ 'ਤੇ ਆ ਗਿਆ, ਇਹ ਹੁਣ ਬਖਸ਼ਿਆ ਗਿਆ। ਇਹ ਤੇਰੇ ਨਾਲ ਰਹਿੰਦਾ ਤਾਂ ਪਤਾ ਨਹੀਂ ਕਿਹੜੀਆਂ ਜੂਨੀਆਂ ਵਿੱਚ ਪਰਮਣਾ ਸੀ, ਕਿਉਂਕਿ ਹੁਣ ਗੁਰੂ ਨਾਨਕ ਦੇ ਦਰ 'ਤੇ ਆ ਕੇ ਵੱਡੀ ਬਖਸ਼ਿਸ਼ ਮੰਗੀ ਹੈ ਇਸਨੇ, ਹੁਣ ਇਹ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਬਿਰਾਜੇਗਾ। ਤੋ ਅਨੇਕ ਲੋਕਾਂ ਨੇ ਇਹ ਵਚਨ ਸੁਣੇ ਔਰ ਵੇਖੇ ਕਿ ਉਸੇ ਵੇਲੇ ਰਿਸ਼ ਸਰੀਰ ਤਿਆਗ ਗਿਆ ਅਤੇ ਉਸਦੀ ਰੂਹ ਜੋ ਸੀ ਉਹ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਮੇਰਾ ਜੀ। ਦਇਆ ਕਰੋ, ਕਿਸ ਮਿਹਰ ਉਪਾਵੋ, ਗੁਰੂ ਨਾਨਕ ਦੇ ਦਰ 'ਤੇ ਆ ਕੇ ਜਿਹੜਾ ਵੀ ਕੋਈ ਭਾਈ ਸ਼ਰਧਾ ਦੇ ਨਾਲ ਝੁਕਦਾ ਹੈ, ਗੁਨਾਹ ਬਖਸ਼ਾਉਂਦਾ ਹੈ, ਫਿਰ ਬਖਸ਼ਣ ਵਿੱਚ ਦੇਰੀ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਸ਼ਬਦ ਉਚਾਰਨ ਕੀਤਾ ਸਾਡੇ ਗੁਨਾਹ ਬਖਸ਼ਾਉਣ ਲਈ। ਉਹ ਆਪ ਤਾਂ ਨਿਰੰਕਾਰ ਸਨ, ਆਪ ਤਾਂ ਸਮਰੱਥ ਪੁਰਖ ਸਨ, ਅਨੰਤ ਕਲਾ ਦੇ ਮਾਲਕ ਸਨ, ਪਰ ਇਹ ਸਾਡੇ ਲਈ ਅਰਦਾਸ ਕੀਤੀ ਉਹਨਾਂ ਨੇ, ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ, ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ, ਦਇਆ ਕਰੋ ਜੀ,
ਨਿਮਰਤਾ ਦੀ ਅਰਦਾਸ। ਗੁਰੂ ਨਾਨਕ ਦੇ ਘਰ ਵਿੱਚ ਕੇਵਲ ਅਰਦਾਸ ਹੀ ਹੈ ਸਿੱਖ ਲਈ। ਜੇ ਨਿਰੰਕਾਰ ਨੇ ਕੁਝ ਦਿੱਤਾ ਤਾਂ ਉਹ ਪਾ ਕੇ ਹੰਕਾਰ ਨਹੀਂ ਕਰਨਾ, ਅਰਦਾਸ ਕਰਨੀ ਹੈ ਕਿ ਮੇਰਾ ਮੁਝਵੇਂ ਕੁਛ ਨਹੀਂ। ਤੇ ਜੇ ਕੁਝ ਚਲਾ ਗਿਆ ਤਾਂ ਹੇ ਨਿਰੰਕਾਰ, ਇਹ ਮੇਰੇ ਲਈ ਚੰਗਾ ਨਹੀਂ ਹੋਣਾ, ਤਾਹੀਆਂ ਤੂੰ ਮੋੜ ਲਿਆ ਨਾ। ਉਚਾਰਨ ਕਰੋ ਸ੍ਰੀ ਗੁਰੂ ਨਾਨਕ ਦੇ ਘਰ ਵਿੱਚ ਹੰਕਾਰ ਨੂੰ ਕੋਈ ਥਾਂ ਨਹੀਂ। ਇੱਥੇ ਵੱਡੇ ਤੋਂ ਵੱਡਾ ਪਾਪੀ ਆ ਕੇ ਢਹਿ ਪਵੇ, ਬਖਸ਼ਣ ਵਿੱਚ ਦੇਰੀ ਨਹੀਂ, ਪਰ ਜਿਹੜਾ ਹੰਕਾਰ ਕਰਦਾ ਕੁਝ ਬਣ ਕੇ ਆਉਂਦਾ ਗੁਰੂ ਨਾਨਕ ਦੇ ਦਰ ਤੇ, ਉਹ ਕਦੇ ਕੁਝ ਲੈ ਜਾ ਨਹੀਂ ਸਕਦਾ, ਸਗੋਂ ਆਪਣੇ ਪੁੰਨ ਦੇ ਜਾਂਦਾ, ਵੰਡ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਇੱਥੇ ਤਾਂ ਭਾਈ ਇਹ ਅਰਦਾਸ ਕਰਨੀ ਹੈ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ। ਇਹ ਨਿਰੰਕਾਰ, ਜੇ ਮੇਰੀਆਂ ਕਰਨੀਆਂ ਤੇ ਜਾਓਗੇ, ਜੇ ਮੇਰੇ ਗੁਨਾਹ ਵੱਲ ਤੱਕੋਗੇ ਤਾਂ ਸ਼ਾਇਦ ਮੈਨੂੰ ਨਰਕ ਵੀ ਨਾ ਚੱਲ ਸਕਣ। ਤੁਮਰੋ ਬਿਰਦ ਕੋ ਆਸ਼ਰੋ ਸਮਾਰ ਹੋ, ਤੇਰਾ ਬਿਰਦ ਹੈ, ਤੇਰੀ ਬਖਸ਼ਿਸ਼ ਸਾਨੂੰ ਤਰ ਸਕਦੀ ਹੈ, ਤੇਰੀਆਂ ਰਹਿਮਤਾਂ ਦਾ ਸਦਕਾ ਹੀ ਅਸੀਂ ਤਰ ਸਕਦੇ ਹਾਂ। ਇਸ ਲਈ ਦਇਆ ਕਰੋ, ਕਿਛ ਮੇਰ ਪਾਵੋ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਅਵਗੁਣ ਹਮਾਰੇ, ਤੇ ਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮੇਰ, ਪੱਥਰ ਤਾਰੇ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋਂ ਅਗਿਆਨੀ ਨਾ ਤੋਸੋਂ ਵਿਚਾਰੀ, ਮੋਸੋ ਨਾ ਪਤਿਤ, ਮੋਸੋ ਨਾ ਪਤਿਤ ਨਾ ਪਾਵਨ ਤੋਸਰ, ਮੋਸੋਂ ਵਿਕਾਰੀ ਨਾ ਤੋਸੋਂ ਉਪਕਾਰੀ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਹੋ ਮੇਰੇ ਹੈ ਅਵਗੁਣ
ਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤਿਹਾਰੀ ਓਟ ਤਿਹਾਰੀ ਦਇਆ ਕਰੋ ਕਿਛ ਮੇਰ ਉਪਾਓ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮੇਰ ਉਪਾਓ ਡੁੱਬਦੇ ਪੱਥਰ ਤਾਰੇ ਡੁੱਬਦੇ ਪੱਥਰ ਤਾਰੇ ਪੱਥਰ ਤਾਰੇ